देखिए जहाँ पर मैं आया हूँ वहाँ तो आपको दिखाता हूँ। रवनीत बिट्टू जी पहली बार जो प्रेस कॉन्फ्रेंस को संबोधित करेंगे, देखते हैं क्या कहते हैं। पत्रकार आगे आगे जा रहे हैं उनसे मिलने के लिए, आशीर्वाद लेने के लिए। बिल्कुल जी, हम आशीर्वाद पत्रकार जहाँ बैठे हैं ये बैठे हैं, ये देख लीजिए यहाँ बैठे हैं, जैसे भी लोग हम बहुत दिखाते हैं, अभी और नहीं दिखाता, हम इसलिए दिखाते हैं कि आपकी सोच बदले, सोच बदलेगी तो समाज बदल जाएगा, नहीं तो वरना वही हाल होगा। तो पहले और ਸਾਡੇ ਲਈ ਸਾਰਿਆਂ ਲਈ ਖਾਸ ਕਰਕੇ ਲੁਧਿਆਣਾ ਵਾਸੀਆਂ ਵਾਸਤੇ ਇਹ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਰਵਨੀਤ ਸਿੰਘ ਬਿੱਟੂ ਜੀ ਨੂੰ ਪ੍ਰਧਾਨ ਮੰਤਰੀ ਮੋਦੀ ਜੀ ਦੇ ਤੀਸਰੇ ਕਾਰਜਕਾਲ ਦੇ ਵਿੱਚ ਐਜ਼ ਮਿਨਿਸਟਰ ਆਫ ਸਟੇਟ ਔਰ ਰੇਲਵੇ ਦੇ ਪ੍ਰੋਸੈਸਿੰਗ ਲੈ ਕੇ ਲੁਧਿਆਣੇ ਔਰ ਪੰਜਾਬ ਦੀ ਸੇਵਾ ਦਾ ਮੌਕਾ ਦਿੱਤਾ। ਅਸੀਂ ਇਹਦੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਔਰ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਦਾ ਬਹੁਤ ਬਹੁਤ ਧੰਨਵਾਦ ਵੀ ਕਰਦੇ ਹਾਂ। ਔਰ ਬਿੱਟੂ ਜੀ ਦਾ ਅੱਜ ਪਹਿਲੀ ਵਾਰੀ ਉਹ ਮੰਤਰੀ ਬਣਨ ਦੇ ਬਾਅਦ ਲੁਧਿਆਣੇ ਆਉਣ 'ਤੇ ਬਹੁਤ ਬਹੁਤ ਸਵਾਗਤ, ਬਹੁਤ ਬਹੁਤ ਵਧਾਈ। ਔਰ ਹੁਣ ਤੁਹਾਡੇ ਨਾਲ ਬਿੱਟੂ ਜੀ ਰੂਬਰੂ ਹੋਣਗੇ, ਉਹਨਾਂ ਨੂੰ ਬੇਨਤੀ ਕਰਾਂਗਾ ਆਪਣੀ ਗੱਲ। ਸਭ ਤੋਂ ਪਹਿਲਾਂ ਆਪਣੇ ਸਾਰਿਆਂ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ, ਸਾਡੇ ਇਸ ਵੇਲੇ BJP ਨੈਸ਼ਨਲ ਪ੍ਰੈਜ਼ੀਡੈਂਟ ਅਤੇ ਹੈਲਥ ਮਿਨਿਸਟਰ ਸਾਡੇ ਨੱਡਾ ਸਾਹਿਬ, ਸਾਡੇ ਹੋਮ ਮਿਨਿਸਟਰ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ, ਸਾਡੇ ਰੇਲਵੇ ਮਿਨਿਸਟਰ ਅਸ਼ਵਨੀ ਜੀ, ਸਾਡੇ ਸੂਬੇ ਦੇ BJP ਦੇ ਪ੍ਰਧਾਨ ਸਾਡੇ ਜਾਖੜ ਸਾਹਿਬ, ਸਾਡੇ ਖਾਸ ਤੌਰ 'ਤੇ ਅੱਜ ਜੇ ਮੈਂ ਗੱਲ ਕਰਾਂ BJP ਅਤੇ ਸਾਡੇ ਚਾਹੇ ਸਟੇਟ ਦੀ ਲੀਡਰਸ਼ਿਪ ਇਸ ਵੇਲੇ ਬਿਰਾਜਮਾਨ ਆ ਲੁਧਿਆਣੇ ਤੋਂ, ਮੈਂ ਸਾਰਿਆਂ ਦਾ ਚਾਹੇ ਸਰੀਨ ਸਾਹਿਬ ਬੈਠੇ ਹੋਣ, ਚਾਹੇ ਸਾਡੇ ਮਿੱਤਲ ਸਾਹਿਬ ਬੈਠੇ ਹੋਣ, ਚਾਹੇ ਸਾਡੇ ਰੇਨੂ ਥਾਪਰ ਜੀ, ਸਾਡੇ ਖਜ਼ਾਨਚੀ, ਸਾਡੇ ਬੇਬੀ ਜੀ, ਸਾਡੇ ਸਾਰੇ ਹੀ ਜੀਵਨ ਗੁਪਤਾ ਜੀ,
ਸਾਡੇ ਕਾਕਾ ਜੀ, ਸਾਡੇ ਕੜਵਲ ਸਾਹਿਬ ਅਤੇ ਮੇਰੇ ਬਾਕੀ ਵੀ ਸਾਰੇ ਪਿੱਛੇ ਸਾਡੀ ਡਿਸਟ੍ਰਿਕਟ ਦੀ ਜਿਹੜੀ ਟੀਮ ਆ ਅਤੇ ਖਾਸ ਤੌਰ 'ਤੇ ਸਾਡੇ ਜ਼ਿਲ੍ਹਾ ਪ੍ਰਧਾਨ ਜਿਨ੍ਹਾਂ ਨੇ ਇੱਕ ਮੁੱਠੀ 'ਚ ਬੀਜੇਪੀ ਨੂੰ, ਬੀਜੇਪੀ ਦੇ ਕਾਰਜਕਰਤਾ ਨੂੰ, ਬੀਜੇਪੀ ਦੀ ਲੀਡਰਸ਼ਿਪ ਨੂੰ, ਚਾਹੇ ਉਹ ਗ੍ਰਾਸ ਰੂਟ 'ਤੇ ਹੋਵੇ ਚਾਹੇ ਉੱਤੇ ਤੱਕ ਲੀਡਰਸ਼ਿਪ ਹੋਵੇ, ਉਹਦਾ ਸਾਰਿਆਂ ਦਾ ਸਿਹਰਾ ਜਿਹੜਾ ਹੈ ਉਹ ਸਾਡੇ ਬੀਜੇਪੀ ਦੇ ਜ਼ਿਲ੍ਹਾ ਪ੍ਰਧਾਨ, ਸਾਡੇ ਬਹੁਤ ਹੀ ਸਤਿਕਾਰਯੋਗ ਧੀਮਾਨ ਸਾਹਿਬ ਅਤੇ ਉਹਨਾਂ ਦੀ ਡਿਸਟ੍ਰਿਕਟ ਦੀ ਸਾਰੀ ਟੀਮ ਸਾਡੇ ਪਿੱਛੇ ਵਿਰਾਜਮਾਨ ਬੈਠੀ ਆ, ਵੱਖ ਵੱਖ ਅਹੁਦਿਆਂ 'ਤੇ ਵੱਖ ਵੱਖ ਸਾਡੇ ਡਿਪਾਰਟਮੈਂਟ ਸਾਰੇ ਵਿੰਗ ਨੇ ਸਾਡੇ, ਚਾਹੇ ਉਹ ਯੂਥ ਦਾ ਵਿੰਗ ਹੋਏ, ਚਾਹੇ ਮਹਿਲਾਵਾਂ ਦਾ ਵਿੰਗ ਹੋਏ, ਚਾਹੇ ਸਾਡੇ ਵੱਖ ਵੱਖ ਵਿੰਗ ਨੇ। ਮੈਂ ਅੱਜ ਹੈਰਾਨ ਹਾਂ ਬੀਜੇਪੀ 'ਚ ਦਿਵਿਆਂਗ ਸੈੱਲ ਆ ਜਿਹੜਾ, ਉਹਨੇ ਵੀ ਬਹੁਤ ਵੱਡਾ ਕੰਮ ਕੀਤਾ। ਅਤੇ ਕੱਲ੍ਹ ਅਸੀਂ ਸਾਡੇ ਮੇਰੇ ਸਤਿਕਾਰਯੋਗ ਅੰਕਲ ਬੈਠੇ ਆ, ਕੱਲ੍ਹ ਸਾਰਿਆਂ ਨੇ ਅਸੀਂ PCC ਦੇ ਵਿੱਚ ਜਿਹੜੀਆਂ ਉਹ ਮੀਟਿੰਗਾਂ ਹੋਈਆਂ ਉਹਦੇ ਵਿੱਚ ਸਾਰੇ ਇੱਕਜੁੱਟ ਹੋ ਕੇ ਸਾਰੇ 13 ਤੇ 13 ਕੈਂਡੀਡੇਟ, ਸਾਡੇ ਸਾਰੇ ਜ਼ਿਲ੍ਹਾ ਪ੍ਰਧਾਨ BJP ਦੇ ਵੱਖ ਵੱਖ ਅਹੁਦਿਆਂ 'ਤੇ ਸਾਰਿਆਂ ਨੇ ਜਿਹੜਾ ਹੈ ਉਹ ਕੱਲ੍ਹ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਦਾ ਧੰਨਵਾਦ ਕੀਤਾ ਵੀ ਉਹਨਾਂ ਨੇ ਪੰਜਾਬ ਨੂੰ ਆਪਣੀ ਪ੍ਰਾਇਓਰਿਟੀ 'ਤੇ, ਪੰਜਾਬ ਨੂੰ ਆਪਣੀ ਜਿਹੜੀ ਆ ਉਹਨਾਂ ਦੀ ਪ੍ਰਾਇਓਰਿਟੀ ਸੋਚ ਆ ਵੀ ਪੰਜਾਬ ਨੂੰ ਕਿੱਥੇ ਲੈ ਕੇ ਜਾਣਾ, ਪੰਜਾਬ ਦੀ BJP ਨੂੰ ਕਿੱਥੇ ਲੈ ਕੇ ਜਾਣਾ, ਉਹਦੇ ਬਾਰੇ ਜਿੰਨਾ ਵੀ ਉਹਨਾਂ ਦਾ ਧੰਨਵਾਦ ਕੀਤਾ ਜਾਵੇ ਉਹ ਥੋੜ੍ਹਾ ਹੈ। ਕਿਉਂਕਿ ਪੰਜਾਬ ਦੇ ਵਿੱਚ BJP ਨੇ ਐਡਾ ਵਧੀਆ ਪਰਫੋਰਮ ਕੀਤਾ, ਕਿੱਥੇ 22 'ਚ ਅਸੀਂ 2 ਸੀਟਾਂ 'ਤੇ ਸੀ, ਕਿੱਥੇ ਅੱਜ ਅਸੀਂ 23 ਸੀਟਾਂ ਜਿਹੜੀਆਂ ਉਹ ਵਿਧਾਨ ਸਭਾ ਦੀਆਂ ਸੀਟਾਂ ਜਿੱਤੀਆਂ। ਚਾਹੇ ਨੰਬਰ ਆਫ ਪਰਸੈਂਟੇਜ ਦੀ ਗੱਲ ਕਰੀਏ, ਇੱਕੋ ਇੱਕ ਪਾਰਟੀ ਆ ਸਾਰੇ ਪੰਜਾਬ 'ਚ ਜਿਹੜੀ ਪਰਸੈਂਟੇਜ ਡਬਲ ਫਿਗਰ ਤੋਂ ਵੀ ਜਿਹੜੀ ਉੱਤੇ ਆ, ਉਹਨਾਂ ਨੇ ਆਪਣੀ ਪਰਫੋਰਮੈਂਸ 'ਚ ਵਧਾਈ ਆ। 18% ਤੋਂ ਉੱਤੇ ਜਿਹੜੀ ਵੋਟ ਆ ਸਾਡੇ ਅੱਜ ਪਈ ਆ। ਜੇ ਮੈਂ ਲੁਧਿਆਣੇ ਦੀ ਗੱਲ ਕਰਾਂ, ਹੁਣੇ ਮੈਨੂੰ ਇਹ ਗੱਲ ਦੱਸੀ ਜਾ ਰਹੀ ਸੀ ਵੀ ਲੁਧਿਆਣੇ ਦੇ ਜਿਹੜੇ ਕਾਉਂਸਲਰ ਜਿਹੜੇ ਵਾਰਡ ਪੈਂਦੇ ਆ ਉਹਦੇ ਵਿੱਚੋਂ ਪ੍ਰਧਾਨ ਜੀ ਅਸੀਂ 66 ਜਿਹੜੇ ਉਹ ਵਾਰਡ ਆ ਜਿਹੜੇ ਉਹ 95 'ਚੋਂ 66 ਵਾਰਡ ਆ ਜਿਹੜੇ ਉਹ ਅਸੀਂ ਜਿੱਤੇ ਆ। ਅਤੇ ਇਸ ਕਰਕੇ ਕਿੱਡੀ ਵੱਡੀ ਗੱਲ ਆ, ਤੁਸੀਂ ਅੰਦਾਜ਼ਾ ਤਾਂ ਲਾਓ ਨਾ। ਅਸੀਂ ਸਾਰਾ ਮਤਲਬ ਇੱਕ ਪਾਸੇ ਸਾਰੀਆਂ ਪਾਰਟੀਆਂ ਮਿਲਾ ਕੇ ਉਹਨਾਂ ਦੇ ਵੀ ਜੇ ਤੁਸੀਂ ਵਾਰਡ 'ਚ ਪਰਫੋਰਮੈਂਸ ਦੇਖੋ ਉਹ ਵੀ ਨਹੀਂ ਕੱਟੀ। 66 ਅਸੀਂ ਲੁਧਿਆਣੇ ਦੇ ਵਿੱਚ, ਇਹ ਐਡਾ ਵੱਡਾ ਮੈਂਡੇਟ ਆ ਜਿਹੜਾ ਉਹ ਖਾਸ ਤੌਰ 'ਤੇ ਲੁਧਿਆਣੇ ਦੇ ਸਾਰੇ ਹੀ ਵੋਟਰਾਂ ਨੂੰ, ਲੁਧਿਆਣੇ ਦੇ ਵਾਸੀਆਂ ਨੂੰ, ਅਸੀਂ ਸਾਰਿਆਂ ਵੱਲੋਂ BJP ਦੇ ਲੀਡਰਸ਼ਿਪ ਵੱਲੋਂ ਦਿਲ ਦੀਆਂ ਗੁਰਾਈਆਂ ਨਾਲ ਉਹਨਾਂ ਦਾ ਧੰਨਵਾਦੀ ਹਾਂ ਵੀ ਉਹਨਾਂ ਨੇ ਐਡਾ ਵੱਡਾ ਮੈਂਡੇਟ ਆ ਜਿਹੜਾ, ਜਿੱਥੇ ਕਿ BJP ਨੇ ਪਹਿਲੀ ਵਾਰ ਇਹ ਇਲੈਕਸ਼ਨ ਜਿਹੜੀ ਲੜੀ ਆ। ਅਜੇ ਕੀ ਅਸੀਂ, ਕਿਉਂਕਿ ਇੱਕ ਕੰਮ ਹੁੰਦਾ ਹੈ ਪਾਰਟੀ ਦਾ ਕਰਨਾ, ਇੱਕ ਇਲੈਕਸ਼ਨ ਮਸ਼ੀਨਰੀ ਉਹ ਅਲੱਗ ਤਰ੍ਹਾਂ ਦੀ ਹੁੰਦੀ ਹੈ ਅਤੇ ਉਹ ਪਹਿਲੀ ਵਾਰ ਸਾਡੇ ਕਾਰਜਕਰਤਾ ਅਤੇ ਸਾਡੀ ਜਿਹੜੀਆਂ ਟੀਮਾਂ ਹੈ ਉਹ ਲੜੀਆਂ। ਚਾਹੇ ਸਾਰੇ ਸਾਡੇ ਜ਼ਿਲ੍ਹੇ ਦੀ ਡਿਸਟ੍ਰਿਕਟ ਦੀ ਬਾਡੀ ਹੋਵੇ, ਚਾਹੇ ਸਾਡੇ ਮੰਡਲ ਪ੍ਰਧਾਨ ਹੋਣ, ਚਾਹੇ ਸਾਡੇ ਸ਼ਕਤੀ ਕੇਂਦਰ ਹੋਣ, ਚਾਹੇ ਸਾਡੇ ਬੂਥ ਕਮੇਟੀਆਂ ਬੂਥ ਪ੍ਰੈਜ਼ੀਡੈਂਟ ਹੋਣ, ਸਾਰੀਆਂ ਕਮੇਟੀਆਂ ਨੇ ਇਸ ਤਰੀਕੇ ਨਾਲ ਪਰਫੋਰਮ ਕੀਤਾ ਵੀ ਅੱਜ ਕੋਈ ਜਿੱਤ ਆ ਜਿਹੜੀ ਉਹ ਤੁਹਾਡੇ ਮੂਹਰੇ ਆ। ਇਕੱਲਾ ਇਕੱਲਾ ਇੰਨੀ ਗਰਮੀ 'ਚ ਜਿਹੜਾ ਕਿ ਇਲੈਕਸ਼ਨ ਕਮਿਸ਼ਨ ਨੇ ਆਪ ਮੰਨਿਆ ਵੀ ਐਡੀ ਬੜੀ ਗਰਮੀ 'ਚ ਜਿਹੜੀ ਇਲੈਕਸ਼ਨ ਉਹ ਬੜੀ ਔਖੀ ਇਲੈਕਸ਼ਨ ਸੀ, ਆਪਣੀ ਦਾ ਆਖਰੀ ਫੇਸ ਸੀ, ਅਤੇ BJP ਨੇ ਇਕੱਲਾ ਇਕੱਲਾ ਦਰਵਾਜ਼ਾ ਲੁਧਿਆਣੇ ਦਾ ਖੜਕਾ ਕੇ
ਪ੍ਰਧਾਨ ਮੰਤਰੀ ਜੀ ਬਾਰੇ, ਬੀਜੇਪੀ ਸਰਕਾਰ ਬਾਰੇ ਗੱਲ ਦੱਸੀ ਅਤੇ ਉਹ ਗੱਲ ਸੁਣੀ, ਮੰਨੀ ਗੱਲ, ਅਤੇ ਕਿਤੇ ਵੀ ਨੇੜੇ ਤੇੜੇ ਵੀ ਜਿਹੜੀਆਂ ਪਾਰਟੀਆਂ ਹੈ ਉਹ ਰਹਿ ਨਹੀਂ ਗਈਆਂ। ਅਸੀਂ 50-50 ਹਜ਼ਾਰ ਵੋਟ ਆ ਜਿਹੜੀ ਉਹ ਅਸੀਂ ਸ਼ਹਿਰ 'ਚੋਂ ਲੈ ਕੇ ਗਏ ਹਾਂ।